ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਅੱਜ ਤੁਹਾਡੇ ਨਾਲ ਕੋਈ ਖਾਸ ਗੱਲ ਕਰਨ ਵਾਸਤੇ ਜਿਹੜਾ ਇਹ ਵੀਡੀਓ ਬਣਾ ਰਿਹਾ। ਅਸਲ 'ਚ ਮੈਂ ਕਿਸੇ ਗੱਲ ਦਾ ਵਿਰੋਧ ਕਰ ਰਿਹਾ, ਮੈਂ ਵਿਰੋਧ ਕਰਨਾ ਚਾਹੁੰਦਾ ਯਾਰ। ਅਤੇ ਯਾਰ ਵਿਰੋਧ ਇਹ ਹੈ, ਵੈਸੇ ਮੈਂ ਕਦੇ ਕੋਈ ਵੀਡੀਓ ਬਣਾਈ ਨਹੀਂ ਵਿਰੋਧ 'ਚ, ਪਰ ਮੈਨੂੰ ਬਣਾਉਣੀ ਪੈ ਰਹੀ ਹੈ ਯਾਰ, ਮਜਬੂਰੀ ਹੋ ਗਈ ਮੇਰੀ ਇਹ। ਯਾਰ ਆਪਾਂ ਆਪਦੀ ਪਤਨੀ ਨੂੰ, ਤੁਸੀਂ ਘਰ ਵਾਲੀ ਨੂੰ, ਚੰਗੇ ਪੜ੍ਹੇ ਲਿਖੇ ਜਿਹੜੇ ਬੰਦੇ ਹੈ ਉਹ ਵੀ ਯਾਰ ਮਤਲਬ ਉਹਨੂੰ ਜ਼ੀਰੋ ਦਿਖਾ ਰਹੇ ਆ, ਉਹਨਾਂ 'ਤੇ ਚੁਟਕਲੇ ਬਣਾ ਰਹੇ ਆ। ਯਾਰ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਸੇਧ ਦੇ ਰਹੇ ਹਾਂ ਭਲਾ? ਕਦੇ ਸੋਚਿਆ ਤੁਸੀਂ ਕਿ ਆਪਣੀ ਪਤਨੀ ਨੂੰ, ਘਰ ਵਾਲੀ ਨੂੰ? ਮੈਂ ਕਹਿਣਾ ਹੈ ਵੀ ਸਾਨੂੰ ਆਪਦੇ ਬਣੈਣ ਦਾ, ਕੱਛੇ ਦਾ, ਕੱਪੜੇ ਦਾ ਸਾਨੂੰ ਘਰ 'ਚ ਕੁਛ ਨਹੀਂ ਪਤਾ, ਲੇਕਿਨ ਇਹੀ ਸਾਂਭਦੀਆਂ। ਗੌਰ ਨਾਲ ਸੁਣਿਓ ਮੇਰੀ ਗੱਲ, ਤੁਸੀਂ ਗੁੱਸਾ ਨਾ ਕਰਿਓ ਜੇ। ਮੈਂ ਦੇਖਿਆ ਕਿ ਬਹੁਤ ਤੁਸੀਂ ਵਿਰੋਧ ਦੇ ਵਿੱਚ ਪਤਨੀਆਂ 'ਤੇ ਜਿਹੜੀ ਉਹ ਗੱਲ ਕਰਦੇ ਹੋ। ਯਾਰ ਪਤਨੀ ਨੂੰ ਖੁਸ਼ ਰੱਖਣ ਵਾਸਤੇ ਅਤੇ ਪਤਨੀ ਨੂੰ ਵੱਸ 'ਚ ਕਰਨ ਵਾਸਤੇ ਯਾਰ ਉਹ ਤੁਹਾਡੇ ਨਾਲ ਪਿਆਰ ਕਰੇ, ਯਾਰ ਇੱਕੋ ਹੀ ਫਾਰਮੂਲਾ ਯਾਰ, ਇੱਕੋ ਹੀ ਮੈਂ ਦੱਸ ਦਿੰਦਾ ਤੁਹਾਨੂੰ, ਇੱਕੋ ਹੀ ਫਾਰਮੂਲਾ, ਸੁਣ ਲਓ ਫਾਰਮੂਲਾ ਤੁਸੀਂ। ਵੇਖ 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 ਕਿੰਨੇ ਗੌਰ ਨਾਲ ਸੁਣਦਾ ਹੈ, ਹੈ ਨਹੀਂ ਕੋਈ ਫਾਰਮੂਲਾ, ਉਹ ਇਹ ਨਹੀਂ ਵੱਸ 'ਚ ਹੁੰਦੀਆਂ, ਉੱਠ ਕੇ ਕੋਈ ਕੰਮ ਕਰ ਲਾ, ਵੀਡੀਓ ਦੇਖਣ ਵਾਲਿਆ, ਹੈ ਫਾਰਮੂਲਾ ਭਾਲਦਾ, ਇਹ ਨੀ ਬਾਈ ਬਸ ਚੁੰਦਾ ਭਾਂਡੇ ਮਾਜ ਲਾ, ਪੋਚੇ ਪਾਚੇ ਲਾ।